ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਪੰਜਾਬੀ ਜਾਗਰਣ ਅਖਬਾਰ ਵੱਲੋਂ ਦਸਤਾਰ ਮੇਰੀ ਪਹਿਚਾਣ ਤਹਿਤ ਸੂਬਾ ਭਰ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ ਮੋਗਾ ਵਿਖੇ ਵਿਸ਼ਵਕਰਮਾ ਭਵਨ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਖਿਆ ਕਿ ਬੱਚਿਆਂ ਨੂੰ ਦਸਤਾਰ ਜ਼ਰੂਰ ਸਜਾਉਣੀ ਚਾਹੀਦੀ ਹੈ। ਉਹਨਾਂ ਨੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਡਾਕਟਰ ਹਰਜੋਤ ਕਮਲ ਨੇ ਆਖਿਆ ਕਿ ਅਜੋਕੇ ਸਮੇਂ ਵਿੱਚ ਜਦੋਂ ਸਾਡੀ ਨੌਜਵਾਨ ਪੀੜ੍ਹੀ ਗੁਰੂ ਸਾਹਿਬ ਵੱਲੋਂ ਬਖਸ਼ੇ ਕਕਾਰਾਂ ਅਤੇ ਸ਼ਾਨਾਮੱਤੀ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਹੈ, ਅਜਿਹੇ ਸਮੇਂ ਅਦਾਰਾ ਪੰਜਾਬੀ ਜਾਗਰਣ ਵੱਲੋਂ ਵਿਰਾਸਤ ਦੀ ਸੰਭਾਲ ਤਹਿਤ ਪੱਗ ਸਜਾਉਣ ਦੀ ਰਵਾਇਤ ਨੂੰ ਕਾਇਮ ਰੱਖਣ ਲਈ ਉਪਰਾਲੇ ਅਰੰਭੇ ਜਾਣੇ ਸ਼ਲਾਘਾਯੋਗ ਕਦਮ ਹਨ। ਉਹਨਾਂ ਕਿਹਾ ਕਿ ਦਸਤਾਰ ਜਿੱਥੇ ਸਿੱਖਾਂ ਲਈ ਧਾਰਮਿਕ ਅਕੀਦਤ ਦਾ ਪ੍ਰਤੀਕ ਹੈ, ਉੱਥੇ ਸਮੂਹ ਪੰਜਾਬੀਆਂ ਦੀ ਪਹਿਚਾਣ ਵੀ ਹੈ, ਕਿਉਂਕਿ ਪੱਗ ਦੇ ਨਾਲ ਹਮੇਸ਼ਾ ਮਾਣ ਅਤੇ ਸਨਮਾਨ ਉੱਚਾ ਹੁੰਦਾ ਏ। ਉਹਨਾਂ ਭਵਿੱਖ ਵਿੱਚ ਪੱਗ ਸਜਾਉਣ ਦਾ ਵਾਅਦਾ ਵੀ ਕੀਤਾ। ਉਹਨਾਂ ਆਖਿਆ ਕਿ ਵਿਸ਼ੇਸ਼ਕਰ ਹਿੰਦੁਸਤਾਨ ਵਿੱਚ ਕਿਸੇ ਵੀ ਵਿਅਕਤੀ ਨੂੰ ਸਨਮਾਨ ਦੇਣ ਮੌਕੇ ਪੱਗ ਹੀ ਸਿਰ 'ਤੇ ਸਜਾਈ ਜਾਂਦੀ ਏ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣ ਲਈ ਯਤਨ ਕਰਨ ਵਾਸਤੇ ਜਾਗਰਣ ਪਰਿਵਾਰ ਧੰਨਵਾਦ ਦਾ ਪਾਤਰ ਹੈ। ਮੋਗੇ ਦੇ ਵਿੱਚ ਜਿਹੜਾ ਇਹ ਦਸਤਾਰ ਮੁਕਾਬਲੇ ਹੋਏ ਆ ਅਦਾਰਾ ਜਾਗਰਣ ਵੱਲੋਂ, ਮੈਂ ਪਹਿਲਾਂ ਤਾਂ ਅਦਾਰਾ ਜਾਗਰਣ ਨੂੰ ਵੀ ਔਰ ਇੱਥੋਂ ਦੇ ਜਿਹੜੇ ਉਹਨਾਂ ਦੇ ਇੰਚਾਰਜ ਹੈਗੇ ਗੁਰਜੰਟ ਸਿੰਘ ਜੀ, ਉਹਨਾਂ ਨੂੰ ਵਧਾਈ ਵੀ ਦਿੰਦਾ ਔਰ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕਰਦਾ ਕਿ ਅੱਜ ਜਿਹੜੀ ਪੀੜ੍ਹੀ ਸਾਡੀ ਸਾਡੇ ਕੰਕਾਰਾਂ ਤੋਂ ਸਾਡੇ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਆ, ਉਸ ਵਿਰਾਸਤ ਨੂੰ ਉਸ ਪੱਗ ਨੂੰ ਸੰਭਾਲਣ ਦਾ ਇੱਕ ਬਹੁਤ ਵੱਡਾ ਉਪਰਾਲਾ ਉਹਨੇ ਕੀਤਾ। ਮੈਂ ਸਮਝਦਾ ਕਿ ਜਿਹੜੀ ਪੱਗ ਆ ਇਹ ਇਕੱਲੀ ਸਿੱਖ ਦੀ ਨਹੀਂ, ਇਹ ਪੰਜਾਬੀਆਂ ਦੀ ਇੱਕ ਪਛਾਣ ਆ ਅਤੇ ਪੱਗ ਦੇ ਨਾਲ ਹੀ ਜਿਹੜਾ ਮਾਣ ਅਤੇ ਸਨਮਾਨ ਉੱਚਾ ਹੁੰਦਾ ਔਰ ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ, ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕਿਸੇ ਨੂੰ ਸਨਮਾਨ ਦਿੱਤਾ ਜਾਂਦਾ ਤਾਂ ਉਹਦੇ ਸਿਰ 'ਤੇ ਪੱਗ ਹੀ ਬੰਨ੍ਹੀ ਜਾਂਦੀ। ਸੋ ਇਹ ਬਹੁਤ ਵੱਡਾ ਇਹਨਾਂ ਦਾ ਵਧੀਆ ਉਪਰਾਲਾ, ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਰੇ ਵਰਗੇ ਮੇਰੇ ਸਮੇਤ ਸਾਰਿਆਂ ਨੂੰ ਹੀ ਪਰਮਾਤਮਾ ਸਮਰੱਥ ਬਖਸ਼ੇ ਕਿ ਸਾਰੇ ਸਿਰ ਦੇ ਉੱਤੇ ਸੋਹਣੀ ਪੱਗ ਸਜਾਉਣ ਅਤੇ ਪੰਜਾਬੀਆਂ ਦੀ ਜਿਹੜੀ ਸ਼ਾਨ ਆ ਉਹ ਫਿਰ ਬਰਕਰਾਰ ਹੋ ਜਾਵੇ। ਇਸ ਮੌਕੇ ਪ੍ਰਧਾਨ ਨਿਊ ਵਿਸ਼ਵਕਰਮਾ ਵੈਲਫੇਅਰ ਕਮੇਟੀ ਗੁਰਪ੍ਰੀਤਮ ਸਿੰਘ ਚੀਮਾ ਨੇ ਆਖਿਆ ਕਿ ਪੰਜਾਬੀ ਜਾਗਰਣ ਅਖਬਾਰ ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਦਸਤਾਰ ਮੇਰੀ ਪਛਾਣ ਤਹਿਤ ਕਰਵਾਏ ਜਾ ਰਹੇ ਸੂਬਾ ਭਰ ਵਿੱਚ ਦਸਤਾਰ ਮੁਕਾਬਲੇ ਸ਼ਲਾਘਾਯੋਗ ਉੱਦਮ ਨੇ। ਉਹਨਾਂ ਕਿਹਾ ਕਿ ਦਸਤਾਰ ਅਨੇਕਾਂ ਕੁਰਬਾਨੀਆਂ ਕਰਕੇ ਸਾਡੇ ਪੂਰਵਜਾਂ ਨੇ ਹਾਸਲ ਕੀਤੀ ਹੈ। ਇਸ ਮੌਕੇ 'ਤੇ ਜੱਜ ਦੀ ਭੂਮਿਕਾ ਜਗਸੀਰ ਸਿੰਘ ਖਾਲਸਾ, ਭਾਈ ਹਰਬੰਸ ਸਿੰਘ ਮਾਸਟਰ, ਪ੍ਰਭਜੀਤ ਸਿੰਘ ਪ੍ਰਧਾਨ ਆਜ਼ਾਦ ਵੈਲਫੇਅਰ ਕਲੱਬ ਨੇ ਨਿਭਾਈ ਅਤੇ ਉਹਨਾਂ ਦਸਤਾਰ ਸਜਾਉਣ ਦੇ ਸੂਬਾ ਪੱਧਰੀ ਮੁਕਾਬਲਿਆਂ ਲਈ 8 ਤੋਂ 16 ਸਾਲ ਦੀ ਕੈਟੇਗਰੀ ਲਈ ਪੰਕਜ ਸਿੰਘ ਅਤੇ 17 ਤੋਂ 23 ਸਾਲ ਦੀ ਕੈਟੇਗਰੀ ਲਈ ਏਮਨਦੀਪ ਸਿੰਘ ਦੀ ਚੋਣ ਕੀਤੀ। ਇਸ ਮੌਕੇ ਦੋਨਾਂ ਜੇਤੂਆਂ ਨੂੰ ਭਾਈ ਕਨਈਆ ਬਲੱਡ ਡੋਨਰ ਸੁਸਾਇਟੀ ਵੱਲੋਂ ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੰਜਾਬੀ ਜਾਗਰਣ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਸਿੱਖਾਂ ਦੇ ਬੱਚਿਆਂ ਦੇ ਨਾਲ ਨਾਲ ਸ਼ਰਮਾ ਪਰਿਵਾਰ ਦੇ ਬੱਚੇ ਵਰੁਣ ਸ਼ਰਮਾ ਨੇ ਵੀ ਦਸਤਾਰ ਸਜਾਉਣ ਦੇ ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਮੌਕੇ 'ਤੇ ਗੁਰਨਾਮ ਸਿੰਘ ਲਵਲੀ, ਪ੍ਰਧਾਨ ਭਾਈ ਕਨਈਆ ਬਲੱਡ ਡੋਨਰ ਸੁਸਾਇਟੀ, ਅਮਰਜੀਤ ਸਿੰਘ ਪਰੀ, ਚਰਨਜੀਤ ਸਿੰਘ ਕੌਂਸਲਰ ਅਤੇ ਪ੍ਰਧਾਨ ਬੀ ਸੀ ਵਿੰਗ ਅਕਾਲੀ ਦਲ, ਗੁਰਮੀਤ ਸਿੰਘ ਗਿੱਲ, ਡਾਕਟਰ ਮਨਜੀਤ ਸਿੰਘ, ਬਹਾਦਰ ਸਿੰਘ ਬੱਲੀ ਪੀ ਏ, ਰਾਮਪਾਲ ਧਵਨ, ਵਕੀਲ ਮਹਿਰੋਂ, ਬਲਵੰਤ ਗਰਗ, ਲਖਵੀਰ ਸਿੰਘ, ਗਗਨਦੀਪ ਸਿੰਘ, ਜਗਰੂਪ ਸਿੰਘ, ਜਸ਼ਨਦੀਪ ਸਿੰਘ, ਹਰਦਿਆਲ ਸਿੰਘ, ਦਿਲਬਾਗ ਸਿੰਘ, ਪਰਮਜੋਤ ਸਿੰਘ ਖਾਲਸਾ, ਪ੍ਰਧਾਨ ਖਾਲਸਾ ਸੇਵਾ ਸੁਸਾਇਟੀ, ਪਰਮਜੀਤ ਸਿੰਘ ਪੰਮਾ, ਪ੍ਰਧਾਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਿਹ ਸਿੰਘ ਸੇਵਾ ਸੁਸਾਇਟੀ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਹਰਜਿੰਦਰ ਸਿੰਘ ਹੈਪੀ ਨੇ ਬਾਖੂਬੀ ਨਿਭਾਈ। ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ, ਮੋਗਾ। ਦਿਸ ਪ੍ਰੋਗਰਾਮ ਇਜ਼ ਸਪੋਂਸਰਡ ਬਾਏ ਗੋਲਡ ਕੋਸਟ ਕਲੱਬ ਮੋਗਾ, ਓਜ਼ੋਨਸ ਗੋਲਡ ਕੋਸਟ ਕਲੱਬ ਹਾਊਸ, ਬੈਸਟ ਫੂਡ ਬੈਂਕਟ ਹਾਲ, ਬੈਸਟ ਰੈਸਟੋਰੈਂਟ ਇਨ ਮੋਗਾ।